ਬੜੀ ਖੁਸ਼ੀ ਦੀ ਗੱਲ ਸਾਰੇ ਇਕੱਠੇ ਬੈਠੇ ਆ ਕੁਝ ਅੱਜ ਕੱਲ ਦੌਰ ਹੋਰ ਪੁਰਾਣੀਆਂ ਗੱਲਾਂ ਨੇ ਜਿਹੜੀਆਂ ਵਕਤ ਕਾਫੀ ਗੁਜ਼ਰ ਗਏ ਤੇ ਬੰਦੇ ਪੁਰਾਣੀਆਂ ਗੱਲਾਂ ਹੋਰ ਸੀ ਹੁਣ ਕੁਝ ਹੋਰ ਵੀ ਚੱਲਦੀਆਂ ਨੇ ਜੀ ਜੀ ਤੇ ਤੁਸੀਂ ਤੇ ਸਾਰੀ ਹਕੀਕਤ ਹੀ ਵਾਕਫ ਹੋ ਜੀ ਤੇ ਇਹ ਇੱਕ ਦੋ ਗੱਲਾਂ ਪੁੱਛਣੀਆਂ ਜੀ ਕਿ ਪਹਿਲੀ ਤੇ ਗੱਲ ਇਹ ਦੱਸੋ ਕਿ ਪੀਰ ਤਫੈਲ ਸ਼ਾਹ ਸਾਹਿਬ ਦੇ ਸ਼ਾਗਿਰਦ ਕੌਣ ਕੌਣ ਸਨ ਅਸਲਮ ਜਾਫਰੀ ਸਾਹਿਬ ਨੇ ਉਹ ਸ਼ਾਗਿਰਦ ਸਨ ਜਾਂ ਸ਼ਾਗਿਰਦ ਹੀ ਸਨ ਕੁਝ ਬੰਦੇ ਗੱਲਾਂ ਕਰਦੇ ਨੇ ਕਈਆਂ ਬੰਦੇ ਮੇਰੇ ਨਾਲ ਵੀ ਕੀਤੀਆਂ ਕਾਫੀ ਬਹਿਸ ਕੀਤੀ ਹੈ ਮੈਂ ਫਿਰ ਸਾਰਿਆਂ ਨੂੰ ਪੁੱਛਿਆ ਮੈਂ ਕਿਹਾ ਕਿ ਇਹ ਗੱਲਾਂ ਇਹ ਬੰਦੇ ਕਰਦੇ ਨੇ ਤੇ ਇਹ ਮੈਂ ਸੁਣੀਆਂ ਨੇ ਇਹਨਾਂ ਦਾ ਮੈਨੂੰ ਪੂਰੀ ਵਜ਼ਾਹਤ ਨਾਲ ਦੱਸੋ ਪਹਿਲਾਂ ਸ਼ੁਰੂ ਤੇ ਤੁਹਾਡੇ ਘਰੋਂ ਹੁੰਦੀ ਹੈ ਨਾ ਤੁਸੀਂ ਵਾਰਸ ਹੋ ਤੇ ਅੱਜ ਤੁਸੀਂ ਸਾਰੇ ਅਸੀਂ ਇਕੱਠੇ ਬੈਠੇ ਹਾਂ ਇਸ ਵਾਸਤੇ ਤੁਹਾਡੇ ਤੇ ਸਵਾਲ ਕੀਤਾ ਮਹਿਸੂਸ ਨਹੀਂ ਕਰਨਾ ਤੇ ਬਾਕੀ ਇਹ ਫਿਰ ਉਹ ਕਿਉਂਕਿ ਕੁਝ ਗੱਲਾਂ ਨਹੀਂ ਨਹੀਂ ਭਰਾ ਤੁਸੀਂ ਸਾਡੇ ਨਹੀਂ ਕੋਈ ਗੱਲ ਨਹੀਂ ਸਾਡੀ ਗੱਲ ਜੀ ਅਸਾਂ ਆਪਣੀ ਹੋਸ਼ ਦੇ ਵਿੱਚ ਮਤਲਬ ਇਹਨਾਂ ਨੂੰ ਵੇਖਿਆ ਇਹ ਜਾਣਦੇ ਹੋਰ ਤੇ ਅਸਾਂ ਕੋਈ ਨਹੀਂ ਇਹਨਾਂ ਨੂੰ ਵੇਖਿਆ ਕੋਈ ਫਲਾਣਾ ਸ਼ਾਗਿਰਦ ਜਾਂ ਹੋਰ ਸ਼ਾਗਿਰਦ ਸੀ ਉਂਝ ਤਲਾਕਾਰ ਸਨ ਪਿਆਰ ਸੀ ਮੁਹੱਬਤ ਸੀ ਸਾਰਿਆਂ ਨਾਲ ਤੇ ਚਲੋ ਸ਼ੌਕ ਪੂਰਾ ਕਰਦੇ ਸਨ ਅਸਲ ਦਿੱਤੇ ਨੀ ਆਏ ਤੇ ਜੀ ਅਸਲ ਤੇ ਉਧਰੇ ਆਏ ਤੇ ਉਹ ਕਹਿੰਦੇ ਨੇ ਸਾਡੇ ਕੋਲ ਖੜੇ ਕੁਝ ਬੰਦੇ ਵੀ ਗੱਲਾਂ ਕਰਦੇ ਨੇ ਇਸ ਵਾਸਤੇ ਤੁਹਾਨੂੰ ਪੁੱਛਿਆ ਕਿ ਤੁਸੀਂ ਤੇ ਸਾਰੀ ਹਕੀਕਤ ਜਿਹੜੀ ਉਹ ਤੁਹਾਡੇ ਤੇ ਸਾਰੀ ਕੋਲ ਹੈ ਕੋਈ ਚੌਧਰੀ ਸਾਹਿਬ ਕੋਈ ਐਡਾ ਮਸਲਾ ਹੀ ਨਹੀਂ ਨਾ ਮਤਲਬ ਕਿ ਸਾਰਾ ਹੈ ਹੀ ਇਹਨਾਂ ਕੋਲ ਸਨ ਤੇ ਜਾਂ ਉੱਥੇ ਸ਼ਾਹ ਨੂੰ ਇਹਨਾਂ ਦਾ ਸਵਾਹ ਹੋਰ ਕੋਈ ਮਤਲਬ ਨਾਮ ਨਾ ਕਦੀ ਕਿਸੇ ਨਾਲ ਮਾਸਟਰ ਸਾਹਿਬ ਤੋਂ ਹੀ ਵਿਰਸਾ ਸਾਰਾ ਇਹਨਾਂ ਕੋਲ ਹੀ ਹੈ ਹੁਣ ਮੁੜ ਵਿਖਾਇਆ ਨੇ ਜਿਹੜਾ ਬਿਲਕੁਲ ਉਹੀ ਚੀਜ਼ ਹੈ ਇਹਨਾਂ ਹੀ ਸਾਹਮਣੇ ਤੇ ਹੋਰ ਕਿਸੇ ਕੋਲ ਸਾਹਮਣੇ ਵੀ ਨਹੀਂ ਜਾਂਦਾ ਇਹਨਾਂ ਦਾ ਹੀ ਏਡਾ ਦਿਲੀ ਸ਼ੌਕ ਸੀ ਜਿਕਰ ਸ਼ਾਹ ਨੂੰ ਸੀ
ਕਮਾਰਾਂ ਵਿੱਚ ਸੇਮ ਤੇ ਜਾਂ ਸਪੋਧੇ ਵਾਲੇ ਭਰਾ ਸਾਡੇ ਸੰਦੇ ਨੂੰ ਹਾਂ ਸਪੋਧੇ ਵਾਲੇ ਸਾਨੂੰ ਸਿਖਾਰਸ਼ਾ ਦੀ ਉਹਨਾਂ ਕੋਲ ਸਾਨੂੰ ਵੀ ਫੋਟੋ